ਵੇਲੇ ਹੋ ਗਿਨ ਸ਼ਾਮਾਂ ਦੇ, ਵੇਲੇ ਹੋ ਗਿਨ ਸ਼ਾਮਾਂ ਦੇ, ਨੱਚ ਨੱਚ ਝੂਮ ਉੱਠੇ ਪਾਣੀ ਪੰਜਾ ਦਰਿਆਵਾਂ ਦੇ, ਪਾਣੀ ਪੰਜਾ ਦਰਿਆ। ਹੁਣ ਮਲਵਈ ਕਿੱਦਾਂ ਕਰਾਇਆ ਤੇ ਉਹ ਥੋੜਾ ਬੱਚਿਆਂ ਨੂੰ ਥੋੜਾ ਟਾਈਮ ਲੱਗਿਆ। ਅੱਛਾ, ਤੇ ਪਰ ਉਹਨਾਂ ਨੇ ਬਹੁਤ ਅੱਛਾ ਕਰਿਆ। ਛੋਰਾ ਵੇ ਚੀਰੇ ਵਾਲਿਆ, ਛੋਰਾ ਵੇ ਚੀਰੇ ਵਾਲਿਆ, ਸਾਥੇ ਤੇਰੇ ਜਾਵਾਂਗੇ, ਸ਼ਾਨਾ ਤੂੰ ਪੀਵੇ ਢੋਲਾ ਤੇਰੀ ਖੈਰ ਮਨਾਵਾਂਗੇ, ਛੋਰਾ ਵੇ ਚੀਰੇ ਵਾਲਿਆ। ਨਾਚ ਸਾਡੇ ਬਹੁਤ ਸਾਰੇ ਪੰਜਾਬ ਦੇ ਲੋਕ ਨਾਚ ਆ, ਜਿਹਨਾਂ ਦੇ ਵਿੱਚ ਜਿਹੜੇ ਡਾਂਸ ਧਮਾਲਾਂ ਸੀਗੀਆਂ, ਡੰਡਾਸ ਵਗੈਰਾ, ਇਹ ਮਤਲਬ ਸਾਡੇ ਵੀ ਉੱਥੇ ਘੱਟ ਪਾਏ ਜਾਂਦੇ ਆ, ਲੋਕ ਹੋ ਚੁੱਕਿਆ। ਬਟ ਪਰਦੇਸ ਗਿਓ ਪਰਦੇਸੀ ਹੋਇਓ, ਵੇ ਤੇਰੀਆਂ ਮੁੜ ਵਤਨਾਂ ਨੂੰ ਲੋੜਾ, ਹੋ ਕਮਲੀ ਕਰਕੇ ਛੱਡ ਗਿਓ ਵੇ ਮੈਨੂੰ, ਮੈਂ ਬੈਠੀ ਕੱਖ ਗਲੀਆਂ ਦੇ ਰੋਲਾ, ਓ ਵੇ ਕਮਲੀ ਕਰਕੇ ਵੇ ਛੱਡ ਗਿਓ ਮੈਨੂੰ, ਤੇ ਮੈਂ ਕੱਖ ਗਲੀਆਂ ਦੇ ਫੋਲਾ।
ਸਤਿ ਸ਼੍ਰੀ ਅਕਾਲ ਜੀ, ਡੇਲੀ ਖਬਰ ਦੇ ਨਾਲ ਤੁਸੀਂ ਬਣੇ ਹੋਏ ਹੋ। ਮੈਂ ਹਾਂ ਸੁਖ ਸੋਹਲ ਅਤੇ ਨਿਊਜ਼ੀਲੈਂਡ ਦੇ ਵਿੱਚ ਇਹ ਰੌਣਕਾਂ ਲੱਗੀਆਂ ਹੋਈਆਂ ਨੇ ਜੀ, ਔਕਲੈਂਡ ਸ਼ਹਿਰ ਦੇ ਵਿੱਚ, ਜਿੱਥੇ ਪੰਜਾਬ ਤੋਂ ਕਹਿ ਸਕਦੇ ਹਾਂ ਕਿ ਸਾਡੇ ਵਿਰਸੇ ਵਿਰਾਸਤ ਸਾਡੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਇਹ ਗੁਣੀ ਨੌਜਵਾਨ ਜਿਹੜੇ ਨੇ ਖਾਸ ਸੱਦੇ ਦੇ ਉੱਤੇ ਪਹੁੰਚੇ ਹੋਏ ਨੇ। ਰੰਗ ਕਲਾ ਕਿਸ ਹੱਦ ਤੱਕ ਇਹਨਾਂ ਦੇ ਅੰਦਰ ਭਰੀ ਹੋਈ ਹੈ, ਇਹ ਤੁਸੀਂ ਛੋਟੀ ਜਿਹੀ ਕਲਿੱਪ ਤੋਂ ਅੰਦਾਜ਼ਾ ਲਾ ਲਿਆ। ਹਜੇ ਹੋਰ ਬਹੁਤ ਕੁਝ ਤੁਹਾਨੂੰ ਅਸੀਂ ਇਹਨਾਂ ਦੇ ਕੋਲੋਂ ਸੁਣਾਉਣਾ ਹੈ। ਮੈਂ ਇੰਟਰੋਡਿਊਸ ਕਰਾਂਗਾ, ਬਹੁਤ ਵੱਡਾ ਨਾਮ ਹੈ, ਖਾਸ ਕਰਕੇ ਉਸਤਾਦ ਆਖਿਆ ਜਾਂਦਾ ਹੈ ਜੀ, ਰਾਜੂ ਤਾਲਨੀਆ ਸਾਹਿਬ ਢੋਲ ਅਤੇ ਬੋਲੀਆਂ ਦੇ ਵਿੱਚ ਮਾਹਰ ਨੇ। ਇੱਧਰ ਗੱਭਰੂ ਨੌਜਵਾਨ ਗੁਣੀ ਹੁਣੀ ਜਿਹੜੇ ਕਿ ਬੋਲੀਆਂ ਦੇ ਵਿੱਚ ਪੰਜਾਬ ਲੈਵਲ ਦੇ ਉੱਤੇ, ਨੈਸ਼ਨਲ ਲੈਵਲ ਦੇ ਉੱਤੇ ਕਈ ਅਵਾਰਡ ਜਿੱਤ ਚੁੱਕੇ ਨੇ। ਅਲਗੋਚਿਆਂ ਦੀ ਵਿੱਚ ਤੁਸੀਂ ਦੇਖ ਸਕਦੇ ਹੋ, ਮਨਕਰਨ ਹੁਣਾਂ ਨੇ ਬਹੁਤ ਸੋਹਣਾ ਸਾਥ ਇਹਨਾਂ ਦਾ ਦਿੱਤਾ, ਅਤੇ ਨਾਲ ਬੁਕਚੂ ਦੇ ਉੱਤੇ ਹਰਸ਼ ਹੁਣੀ ਵੀ ਜਿਹੜੇ ਨੇ ਉਚੇਚੇ ਤੌਰ ਦੇ ਉੱਤੇ ਪਹੁੰਚੇ ਹੋਏ ਨੇ। ਸਾਰਿਆਂ ਦਾ ਸਵਾਗਤ ਹੈ ਪਹਿਲਾਂ ਤਾਂ ਡੇਲੀ ਖਬਰ 'ਤੇ, ਕਿ ਤੁਸੀਂ ਸਾਡੇ ਵਿਰਸੇ ਦੇ ਨਾਲ ਜੁੜੇ ਹੋਏ ਜਿਹੜੇ ਸਾਜ਼ ਨੇ, ਲੋਕ ਸਾਜ਼ ਨੇ, ਲੋਕ ਬੋਲੀਆਂ ਨੇ, ਸੰਗੀਤ, ਉਹਨੂੰ ਲੈ ਕੇ ਨਿਊਜ਼ੀਲੈਂਡ ਪਹੁੰਚੇ ਹੋ, ਸਵਾਗਤ ਕਰਦੇ ਹਾਂ ਇੱਥੇ ਤੁਹਾਡਾ। ਸੋ ਗੱਲ ਕਰਾਂਗੇ ਕਿ ਪੰਜਾਬ ਦੀ ਗੱਲ ਕੀਤੀ ਜਾਵੇ, ਲੋਕ ਸਾਜ਼ ਤੁਹਾਡੇ ਹੱਥਾਂ ਦੇ ਵਿੱਚ ਨੇ, ਕਿਵੇਂ ਦਾ ਰੰਗ ਜਿਹੜਾ ਹੈ, ਖਾਸ ਕਰਕੇ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਬਹੁਤ ਪ੍ਰਚਲਿਤ ਹੈ ਅਤੇ ਬਹੁਤ ਪਸੰਦ ਕੀਤਾ ਜਾਂਦਾ ਹੈ, ਜੋ ਤੁਸੀਂ ਨਿਊਜ਼ੀਲੈਂਡ ਦੀ ਨਵੀਂ ਪਨੀਰੀ ਨੂੰ ਸਿਖਾਉਣ ਜਾ ਰਹੇ ਹੋ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਬੜਾ ਅਸੀਂ ਭਾਗਿਸ਼ਾਲੀ ਹਾਂ ਵੀ ਜੋ ਅਸੀਂ ਇਸ ਧਰਤੀ 'ਤੇ ਆਏ ਹਾਂ ਜੀ, ਅਤੇ ਤੁਸੀਂ ਸਾਨੂੰ ਐਡਾ ਮਾਣ ਦਿੱਤਾ। ਅਤੇ ਵੱਡੀ ਗੱਲ ਇੱਦਾਂ ਵੀ ਬੱਚਿਆਂ ਨੂੰ ਤੁਸੀਂ ਕਲਚਰ ਸਾਡਾ ਜਿਹੜਾ ਹੈ ਉਹ ਸਾਡੇ ਬੱਚਿਆਂ ਨੂੰ ਪਹੁੰਚ ਰਿਹਾ, ਠੀਕ ਹੈ ਨਾ ਜੀ। ਰੂਹ ਪੰਜਾਬ ਦੀ ਜਿਹੜੀ ਗੁਰਿੰਦਰ ਸੰਧੂ ਜੀ ਦੀ ਬੜੀ ਵੱਡੀ ਇਹ ਦੇਣ ਹੈ, ਠੀਕ ਹੈ ਨਾ ਜੀ। ਸੋ ਜਦੋਂ ਇੱਥੋਂ ਦੇ ਬੱਚਿਆਂ ਨੂੰ ਢੋਲ ਦੀ ਸਿਖਲਾਈ ਦਿੰਦੇ ਹੋ ਜਾਂ ਫਿਰ ਲੋਕ ਬੋਲੀਆਂ ਦੀ ਗੱਲ ਕਰਦੇ ਹੋ, ਤਾਂ ਕਿਵੇਂ ਦਾ ਰਿਸਪੌਂਸ ਉਹਨਾਂ ਦਾ ਹੁੰਦਾ ਹੈ ਤੁਹਾਨੂੰ ਦੇਖ ਕੇ? ਹਾਂ, ਥੋੜ੍ਹਾ ਉਹਨਾਂ ਦੀ ਲੈਂਗੁਏਜ 'ਚ ਥੋੜ੍ਹਾ ਇੰਗਰੇਜ਼ੀ ਆਉਂਦੀ ਹੈ ਨਾ, ਹਾਂ, ਅਤੇ ਉਹ ਥੋੜ੍ਹਾ ਉਹ ਕਰਦੇ ਆ ਸੈਟਿੰਗ, ਹਾਂ, ਅਤੇ ਉਹ ਫੋਲੋ ਕਰਦੇ ਨੇ ਬੱਚੇ। ਅੱਛਾ, ਹਾਂਜੀ, ਜਿਵੇਂ ਅਸੀਂ ਪਿੱਛੇ ਹੁਣ ਮਲਵਈ ਕਿੱਦਾਂ ਕਰਾਇਆ, ਅਤੇ ਉਹ ਥੋੜ੍ਹਾ ਬੱਚਿਆਂ ਨੂੰ ਥੋੜ੍ਹਾ ਟਾਈਮ ਲੱਗਿਆ। ਅੱਛਾ, ਅਤੇ ਪਰ ਉਹਨਾਂ ਨੇ ਬਹੁਤ ਅੱਛਾ ਕਰਿਆ। ਹਾਂਜੀ। ਅੱਛਾ ਗੁਰਦੀਪ, ਤੁਸੀਂ ਲੋਕ ਬੋਲੀਆਂ ਦੇ ਨਾਲ ਜੁੜੇ ਹੋਏ ਹੋ, ਬੜੀ ਬੁਲੰਦ ਆਵਾਜ਼ ਹੈ ਤੁਹਾਡੀ, ਬਹੁਤ ਸਾਰੇ ਅਵਾਰਡ ਵੀ ਤੁਸੀਂ ਜਿੱਤ ਚੁੱਕੇ ਹੋ, ਨਿਊਜ਼ੀਲੈਂਡ 'ਚ ਆ ਕੇ ਕਿਵੇਂ ਲੱਗ ਰਿਹਾ? ਭਾਅ ਜੀ, ਮੈਨੂੰ ਹਾਲੇ 2 ਕੁ ਦਿਨ ਹੀ ਹੋਇਆ ਇੱਥੇ ਆਇਆ ਨੂੰ, ਮਤਲਬ ਉੱਥੇ ਨਾਲੋਂ ਇੱਥੇ ਦਾ ਇਨਵਾਇਰਮੈਂਟ ਬਹੁਤ ਕਲੀਨ ਆ, ਬੜੀ ਸ਼ਾਂਤ ਜੀ ਜਗ੍ਹਾ ਹੈ ਨਾ ਇਹ, ਅਤੇ ਪੰਜਾਬ ਤਾਂ ਚਲੋ ਸਾਡਾ ਹੈ ਹੀ ਖੂਬਸੂਰਤ ਆ, ਇੱਥੇ ਆ ਕੇ ਵੀ ਕੁਛ ਚੀਜ਼ਾਂ ਨਵੀਆਂ ਸਿੱਖਣ ਨੂੰ ਮਿਲਦੀਆਂ ਹੈ ਨਾ, ਪਰ ਜਗ੍ਹਾ ਬਹੁਤ ਖੂਬਸੂਰਤ ਹੈ। ਔਰ ਸਭ ਤੋਂ ਵਧੀਆ ਗੱਲ ਹੈ ਜਿਹੜੀ ਵੀ ਅਸੀਂ ਇੱਥੇ ਕਲਚਰ ਪ੍ਰਮੋਟ ਕਰਨ ਲਈ ਆਏ ਹਾਂ। ਅੱਛਾ, ਸਭ ਤੋਂ ਵੱਡਾ ਜਿਹੜਾ ਸਾਨੂੰ ਜਿਹੜੇ ਅਸੀਂ ਮੰਨਦੇ ਹਾਂ ਵੀ ਸਾਡੇ ਵਾਸਤੇ ਬਹੁਤ ਅੱਛੀ ਗੱਲ ਹੈ ਜੀ, ਆਉਣ ਵਾਲੇ ਪੰਜਾਬੀਆਂ ਵਾਸਤੇ, ਸਾਡੀ ਪੀੜ੍ਹੀ ਵਾਸਤੇ, ਸਾਡੇ ਪੰਜਾਬ ਵਾਸਤੇ ਬੜੀ ਅੱਛੀ ਗੱਲ ਹੈ ਕਿ ਜਿਹੜੇ ਇੱਥੇ ਪੰਜਾਬੀ ਵੱਸਦੇ ਆ ਹੈ ਨਾ, ਅਤੇ ਉਹਨਾਂ ਦੇ ਜਿਹੜੇ ਅੱਗੇ ਬੱਚੇ ਨੇ, ਜਵਾਕ ਨੇ, ਕਿਡਸ ਨੇ, ਹਾਲਾਂਕਿ ਬੋਲਣ ਦੇ ਵਿੱਚ ਹਾਲਾਂਕਿ ਉਹਨਾਂ ਨੂੰ ਥੋੜ੍ਹੀ ਜਿਹੀ ਦਿੱਕਤ ਹੋਵੇ, ਬਟ ਉਹ ਜਦੋਂ ਉਸ ਚੀਜ਼ ਨੂੰ ਫੋਲੋ ਕਰਦੇ ਆ, ਜਦੋਂ ਉਸ ਚੀਜ਼ ਨੂੰ ਸਿੱਖਦੇ ਆ ਤਾਂ ਬੜੀ ਰੂਹ ਨਾਲ ਸਿੱਖਦੇ ਆ, ਇੱਥੇ ਦੇ ਬੱਚੇ ਜਿਹੜੇ ਆ ਬਹੁਤ ਡਿਸਿਪਲਿਨਡ ਬੱਚੇ ਆ ਹੈ ਨਾ ਜੀ, ਅਤੇ ਬਹੁਤ ਮਜ਼ਾ ਆਉਂਦਾ ਉਹਨਾਂ ਨੂੰ ਦੱਸ ਕੇ, ਅਤੇ ਕੰਟਰੀ ਵੀ ਬਹੁਤ ਅੱਛੀ ਆ। ਅੱਛਾ, ਆਪਾਂ ਲੋਕ ਨਾਚਾਂ ਦੀ ਗੱਲ ਜ਼ਰੂਰ ਕਰਾਂਗੇ, ਤੁਸੀਂ ਪਰਦੇਸ਼ ਆਏ ਹੋ ਪੰਜਾਬ ਤੋਂ, ਤਾਂ ਕੋਈ ਗੀਤ ਯਾਦ ਆਉਂਦਾ ਪਰਦੇਸੀਆਂ ਦੇ ਲਈ, ਖਾਸ ਤੌਰ ਦੇ ਉੱਤੇ ਪੰਜਾਬ ਦੇ ਲਈ ਜਾਂ ਫਿਰ? ਭਾਈ, ਅਸੀਂ ਤਾਂ ਫੋਕ ਹੀ ਗਾਉਂਦੇ ਹਾਂ ਜੀ, ਕੋਈ ਫੋਕ ਇਹਨਾਂ ਦੇ ਲਈ, ਫੋਕ ਕੋਈ ਅਜਿਹੀ ਲੋਰ ਦੇ ਵਿੱਚ ਹੋਵੇ, ਕੋਈ ਅਜਿਹੇ ਭਾਵਾਂ ਦੇ ਵਿੱਚ ਹੋਵੇ। ਪਰਦੇਸ ਗਿਓ, ਪਰਦੇਸ ਗਿਓ, ਪਰਦੇਸੀ ਹੋਇਓ,
ਵੇ ਤੇਰੀਆਂ ਮੁੜ ਵਤਨਾਂ ਨੂੰ ਲੋੜਾਂ ਹੋ ਕਮਲੀ ਕਰਕੇ ਛੱਡ ਗਿਓ ਵੇ ਮੈਨੂੰ ਮੈਂ ਬੈਠੀ ਕੱਖ ਗਲੀਆਂ ਦੇ ਰੋਲਾਂ ਓ ਵੇ ਕਮਲੀ ਕਰਕੇ ਵੇ ਛੱਡ ਗਿਓ ਮੈਨੂੰ ਤੇ ਮੈਂ ਕੱਖ ਗਲੀਆਂ ਦੇ ਫੋਲਾ ਪਰਦੇਸੀ ਟੋਲਾ ਵਿਸ਼ਾਲਾ ਜੀਵੇਂ ਟੋਲਾ ਪਰਦੇਸੀ ਟੋਲਾ ਵਿਸ਼ਾਲਾ ਜੀਵੇਂ ਟੋਲਾ ਪਰਦੇਸੀ ਟੋਲਾ ਵਿਸ਼ਾਲਾ ਜੀਵੇਂ ਟੋਲਾ ਵਾਹ ਜੀ ਵਾਹ ਬਹੁਤ ਖੂਬ। ਅੱਛਾ ਲੋਕ ਨਾਚਾਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਲੋਕ ਜਦੋਂ ਝੂਮਰ ਦੀ ਗੱਲ ਹੁੰਦੀ ਹੈ ਲੁੱਡੀ ਦੀ ਗੱਲ ਹੁੰਦੀ ਹੈ ਜਿੰਦੂਏ ਦੀ ਗੱਲ ਹੁੰਦੀ ਹੈ ਤਾਂ ਆਮ ਲੋਕ ਇਹ ਸਮਝਦੇ ਨੇ ਕਿ ਇਹ ਤਾਂ ਭੰਗੜਾ ਹੀ ਹੈ। ਜੇਕਰ ਤੁਸੀਂ ਜਿੰਦੂਏ ਮਾਹੀਏ ਦੇ ਵਿੱਚ ਲੁੱਡੀ ਦੇ ਵਿੱਚ ਝੂਮਰ ਦੇ ਵਿੱਚ ਫਰਕ ਜਿਹੜਾ ਦੱਸਣਾ ਹੋਵੇ ਮੈਂ ਚਾਹਾਂਗਾ ਕਿ ਇਕੱਲੇ ਇਕੱਲੇ ਸੈਗਮੈਂਟ ਦੇ ਉੱਤੇ ਦੋ ਚਾਰ ਸੈਗਮੈਂਟਾਂ ਦੀ ਆਪਾਂ ਗੱਲ ਕਰਾਂਗੇ ਕਿ ਲੁੱਡੀ ਦੀ ਜਿਹੜੀ ਕਹਿ ਲਓ ਕਿ ਤਾਲ ਕੀ ਹੁੰਦੀ ਹੈ ਉਹਦਾ ਰੰਗ ਕੀ ਹੁੰਦਾ ਹੈ ਉਹਦੇ 'ਚ ਬੋਲੀਆਂ ਕਿਹੜੀਆਂ ਹੁੰਦੀਆਂ ਨੇ ਥੋੜ੍ਹਾ ਜਿਹਾ ਮੈਂ ਕਹਾਂਗਾ ਕਿ ਪਹਿਲਾਂ ਆਪਾਂ ਲੁੱਡੀ ਤੋਂ ਸ਼ੁਰੂਆਤ ਕਰਦੇ ਜੀ। ਅੱਛਾ ਪਹਿਲਾਂ ਲੋਕ ਨਾਚਾਂ 'ਤੇ ਆ ਜਾਂਦੇ ਆ। ਜਿਹੜੇ ਲੋਕ ਨਾਚ ਆ ਸਾਡੇ ਬਹੁਤ ਸਾਰੇ ਪੰਜਾਬ ਦੇ ਲੋਕ ਨਾਚ ਆ ਜਿਨ੍ਹਾਂ ਦੇ ਵਿੱਚ ਜਿਹੜੇ ਡਾਂਸ ਧਮਾਲਾਂ ਸੀਗੀਆਂ ਡੰਡਾਸ ਵਗੈਰਾ ਇਹ ਮਤਲਬ ਸਾਡੇ ਵੀ ਉੱਥੇ ਘੱਟ ਪਾਏ ਜਾਂਦੇ ਆ ਲੋਕ ਹੋ ਚੁੱਕਿਆ ਬਟ ਮੇਨ ਜਿਹੜੇ ਡਾਂਸ ਨੇ ਉਹ ਲੁੱਡੀ ਝੂਮਰ ਹੋ ਗਿਆ ਠੀਕ ਹੈ ਜੀ ਜਿੰਦੂਆ ਹੋ ਗਿਆ ਤੇ ਮਤਲਬ ਇਹ ਲੁੱਡੀ ਝੂਮਰਾਂ ਧਮਾਲਾਂ ਇਹ ਸਾਰਿਆਂ ਨੂੰ ਇਕੱਠਾ ਕਰਕੇ ਬਣਦਾ ਭੰਗੜਾ ਜੀ। ਜਿਹੜਾ ਭੰਗੜਾ ਇੱਕ ਸਮੂਹ ਨੂੰ ਭੰਗੜੇ ਦਾ ਨਾਮ ਦਿੱਤਾ ਗਿਆ ਸੀ ਵੈਸੇ ਇਕੱਲੇ ਇਕੱਲੇ ਡਾਂਸ ਸੀਗੇ ਜਿਵੇਂ ਝੂਮਰ ਦਾ ਰੰਗ ਹੈ ਜਿਹੜਾ ਉਹ ਝੂਮ ਝੂਮ ਕੇ ਪੈਂਦਾ ਹੌਲੀ ਤਾਲ ਤੇ ਪੈਂਦਾ ਘੱਟ ਸਲੋ ਪੈਂਦਾ ਤੇ ਜਿਹੜੀ ਲੁੱਡੀ ਹੈ ਲੁੱਡੀ ਦੀ ਤਾਲ ਥੋੜੀ ਜਿਹੀ ਕੰਸਿਸਟੈਂਟ ਤਾਲ ਹੁੰਦੀ ਹੈ ਮਤਲਬ ਇੱਕ ਲੈ ਚੱਲਦੀ ਹੁੰਦੀ ਹੈ ਮੀਡੀਅਮ ਲੈ ਹੁੰਦੀ ਹੈ ਜਿਹੜਾ ਭੰਗੜਾ ਉਹਦੇ ਵਿੱਚ ਸਾਰੀਆਂ ਤਾਲਾਂ ਇਕੱਠੀਆਂ ਹੋ ਕੇ ਆ ਜਾਂਦੀਆਂ ਵਿੱਚ ਕਦੇ ਰੰਗ ਬਦਲਦੇ ਰਹਿੰਦੇ ਰੰਗ ਬਦਲਦੇ ਰਹਿੰਦੇ ਨੇ ਤੇ ਲੁੱਡੀਆਂ ਦੇ ਵਿੱਚ ਲੁੱਡੀਆਂ ਦੀਆਂ ਪੱਗਾਂ ਦਾ ਫਰਕ ਹੁੰਦਾ ਅੱਛਾ ਲੁੱਡੀਆਂ ਦੀ ਜਿਹੜੀ ਪੱਗ ਹੁੰਦੀ ਹੈ ਉਹਦੇ 'ਚ ਦੋ ਫਰਲੇ ਲਾਏ ਜਾਂਦੇ ਦੋ ਟੋਰੇ ਲਾਏ ਜਾਂਦੇ ਅੱਛਾ ਇਹ ਵੀ ਫਰਕ ਹੁੰਦਾ ਹਾਂਜੀ ਲੁੱਡੀ ਦੀ ਪੱਗ ਹੁੰਦੀ ਹੈ ਜਿਹੜੀ ਝੂਮਰ ਦੀ ਪੱਗ ਹੁੰਦੀ ਹੈ ਝੂਮਰ ਦੀ ਮਲਵਈ ਪੱਗ ਹੁੰਦੀ ਹੈ ਸਾਈਡ ਵਾਲੀ ਜਿਹੜੀ ਇੱਕ ਸਾਈਡ ਵਾਲੀ ਅੱਛਾ ਜੀ ਨਾਲ ਚੋਲੇ ਪਾਏ ਜਾਂਦੇ ਆ ਉਹਨਾਂ ਦੇ ਕੁੜਤੇ ਨਹੀਂ ਪਾਏ ਜਾਂਦੇ ਜਿਹੜੇ ਸਾਡੇ ਫੋਕ ਆ ਤੇ ਜਿਹੜਾ ਭੰਗੜਾ ਭੰਗੜਿਆਂ ਦੇ ਨਾਲ ਕੁੜਤਾ ਚਾਦਰੇ ਤੇ ਫਰੰਟ ਪੱਗਾਂ ਹੁੰਦੀਆਂ ਮੁੰਡਿਆਂ ਦੇ ਜਿਹੜੇ ਮੁੰਡਿਆਂ ਦੇ ਹੁੰਦੀਆਂ ਨੇ ਕੁੜੀਆਂ ਨੱਚਦੀਆਂ ਨੇ ਅੱਜ ਕੱਲ੍ਹ ਕੁੜੀਆਂ ਨੱਚਦੀਆਂ ਉਹਨਾਂ ਦੇ ਸਿਰ ਤੇ ਚੁੰਨੀਆਂ ਹੁੰਦੀਆਂ ਨੇ ਸੂਟਾਂ ਨਾਲ ਵੀ ਪਾਇਆ ਜਾਂਦਾ ਚਾਦਰਿਆਂ ਨਾਲ ਵੀ ਪਾਇਆ ਜਾਂਦਾ ਬਹੁਤ ਸਾਰੇ ਰੰਗ ਨੇ ਇਹਦੇ ਵਿੱਚ ਤੇ ਲੁੱਡੀ ਦੀ ਗੱਲ ਕਰੀਏ ਲੁੱਡੀ ਤੋਂ ਕਰੀਏ ਸ਼ੁਰੂਆਤ ਥੋੜੀ ਜਿਹੀ ਤਾਲ ਖੈਰ ਮਨਾ
ਖੂਬ ਅੱਛਾ ਹੈ। ਹੁਣ ਲੁੱਡੀ ਤਾਂ ਹੋ ਗਈ ਤੇ ਜਿਸ ਝੂਮਰ ਦੀ ਗੱਲ ਕੀਤੀ ਕਿ ਝੂਮ ਝੂਮ ਕੇ ਪੈਂਦਾ ਹੈ ਜੀ, ਉਹ ਵੀ ਰੰਗ ਹੋ ਜੇ ਹੁਣ ਇਸੇ ਹਰ ਆ ਜਾਓ ਉਸਤਾਦ ਜੀ, ਦਿਓ ਝੂਮਰ ਦਾ ਤੋੜਾ। ਉਸਤਾਦ ਜੀ ਤੁਸੀਂ ਡੱਗਾ ਨਾ ਹੱਥ 'ਚ ਰੱਖੋ। ਲੋਕਾਂ ਨੂੰ ਪਤਾ ਹੋਣਾ ਕਿਉਂਕਿ ਹਮੇਸ਼ਾ ਜਦੋਂ ਸਟੇਜ ਦੇ ਉੱਤੇ ਲੋਕ ਨਾਚ ਹੁੰਦਾ ਹੈ ਤਾਂ ਢੋਲ ਥੋੜਾ ਜਿਹਾ ਦਰਸ਼ਕਾਂ ਤੋਂ ਓਹਲੇ ਰਹਿੰਦਾ, ਤਾਂ ਹੋ ਸਕਦਾ ਕਿ ਪਹਿਲੀ ਵਾਰ ਕਿਸੇ ਨੂੰ ਪਤਾ ਲੱਗਾ ਹੋਵੇ, ਜਿਵੇਂ ਮੈਨੂੰ ਪਤਾ ਲੱਗਿਆ ਕਿ ਹਾਂ ਤੀਲੀ ਦੀ ਵਰਤੋਂ ਜਿਹੜੀ ਹੈ ਉਹ ਘੱਟ ਹੁੰਦੀ ਹੈ। ਇਹ ਅੱਛਾ, ਇਹ ਘਾਟ ਮੈਂ ਕੱਲ ਵੀ ਵੀਡੀਓਜ਼ ਦੇਖ ਰਿਹਾ ਸੀਗਾ ਤੇ ਆਇਆ ਜਿਹੜੇ ਜਾਂ ਕੈਨੇਡਾ ਹੋਇਆ ਕੱਪ ਤੇ ਸਾਡੇ ਮਤਲਬ ਜਿਹੜੇ ਸਾਡੇ ਰੂਲ ਨੇ ਸਾਨੂੰ ਉੱਥੇ ਜਦੋਂ ਯੂਥ ਫੈਸਟੀਵਲ ਸਾਡੇ ਕਾਲਜਾਂ ਚ ਹੁੰਦੇ ਆ, ਯੂਨੀਵਰਸਿਟੀਆਂ ਚ ਹੁੰਦੇ ਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋ ਗਿਆ, ਇਹਨਾਂ ਦੇ ਵਿੱਚ ਸਾਡੇ ਰੂਲ ਆ ਕੇ ਜਿਹੜੇ ਢੋਲ ਦੇ ਪੁੜੇ ਨੇ ਦੋਨੇ ਉਹ ਦੋਨੇ ਖੱਲ ਦੇ ਹੋਣੇ ਚਾਹੀਦੇ ਆ। ਅੱਛਾ, ਮਤਲਬ ਜਿਹੜਾ ਢੋਲ ਹੈ ਰਵਾਇਤੀ ਢੋਲ ਹੈ ਜਿਹੜਾ ਜਿਹਨੂੰ ਢੋਲ ਕਹਿੰਦੇ ਆ, ਉਹ ਪਲਾਸਟਿਕ ਦੇ ਪੁੜਿਆਂ ਵਾਲਾ ਨਹੀਂ, ਖੱਲ ਦੇ ਪੁੜਿਆਂ ਵਾਲਾ, ਦੋਨੇ ਪਾਸੇ ਖੱਲ ਹੁੰਦੀ ਆ। ਇੱਕ ਸਾਈਡ ਮੋਟੀ ਖੱਲ ਹੁੰਦੀ ਆ ਜਿਹਦੇ ਨਾਲ ਡਗਾ ਵੱਜਦਾ, ਤੇ ਇੱਕ ਸਾਈਡ ਤੀਲੀ ਵਾਲੀ ਹੁੰਦੀ ਆ, ਇਹ ਤੁਸੀਂ ਦਿਖਾ ਵੀ ਸਕਦੇ ਹੋ। ਤੇ ਇਹ ਸਮਝਣ ਵਾਲਿਆਂ ਨੂੰ ਚਾਹੀਦਾ, ਢੋਲੀਆਂ ਨੂੰ ਚਾਹੀਦਾ ਵੀ ਜੇ ਅਸੀਂ ਬਾਹਰ ਰੀਪ੍ਰੈਜੈਂਟ ਕਰਨ ਚੱਲੇ ਆਪਣੇ ਪੰਜਾਬ ਨੂੰ, ਤਾਂ ਘੱਟੋ ਘੱਟ ਉੱਥੇ ਆਪਾਂ ਉਹ ਰੀਪ੍ਰੈਜੈਂਟ ਕਰੀਏ ਜੋ ਅਸਲ ਹੈ। ਬਿਲਕੁਲ। ਤੇ ਝੂਮਰ ਦਾ ਇਹ ਰੂਲ ਹੈ ਝੂਮਰ ਦਾ ਕਿ ਝੂਮਰ ਦੇ ਵਿੱਚ ਜਿਹੜਾ ਡਗਾ ਯੂਜ਼ ਹੁੰਦਾ, ਤੀਲੀ ਨਹੀਂ ਯੂਜ਼ ਹੁੰਦੀ, ਤੀਲੀ ਐਂਡ ਦੇ ਵਿੱਚ ਯੂਜ਼ ਹੁੰਦੀ ਹੈ। ਚਲੋ ਫਿਰ ਹੋ ਜੇ, ਚਲੋ ਜੀ। ਨੱਚ ਝੂਮ ਉੱਠੇ ਪਾਣੀ ਪੰਜਾਂ ਦਰਿਆਵਾਂ ਦੇ, ਪਾਣੀ ਪੰਜਾਂ ਦਰਿਆਵਾਂ ਦੇ, ਕੋਈ ਆਵੀ ਦਾ ਪਤ ਮਾਇਆ, ਕੋਈ ਰਾਵੀ ਦਾ ਪਤ ਮਾਇਆ, ਮਾਰ ਮੁਖੇਂਦੀ ਏ ਤੇਰੀ ਜ਼ਾਲਮ ਅੱਖ ਮਾਇਆ, ਵੇ ਮੈਨੂੰ ਚੋਲਾ ਸਵਈ ਦੇ ਅੱਜ ਮਾਇਆ, ਵੇ ਮੈਂ ਪਾ ਕੇ ਜਾਣਾ ਅੱਜ ਮਾਇਆ, ਮੈਨੂੰ ਚੋਲਾ ਸਵਈ ਦੇ ਬੱਗਾ ਮਾਇਆ, ਵੇ ਮੈਂ ਪਾਵਾਂ ਤੇ ਸੋਹਣਾ ਲੱਗਾ ਮਾਇਆ, ਮੈਨੂੰ ਚੋਲਾ ਸਵਈ ਦੇ, ਉੱਡੀ ਪੱਗ ਵੇ ਉੱਡੀ ਪੱਗ ਵੇ ਉੱਡੀ ਪੱਗ ਵੇ ਉੱਡੀ ਪੱਗ ਵੇ, ਸ਼ਕੀਨਾ ਤੇਰੀ ਸ਼ਕੀਨਾ ਤੇਰੀ, ਵੇ ਲੋਕਾਂ ਪਾਣੇ ਮੋਰੀ ਉੱਡਿਆ ਉੱਡਿਆ।
ਵਾਚੂ ਮਰਦਾ ਰੰਗ ਤੁਸੀਂ ਦੇਖਿਆ ਤਾਂ ਬਹੁਤ ਸਾਰੀਆਂ ਜਿਹੜੀਆਂ ਖਾਸ ਗੱਲਾਂ ਪਤਾ ਲੱਗ ਰਹੀਆਂ ਨੇ, ਕਿਉਂਕਿ ਨਾ ਸਿਰਫ ਬੋਲੀ ਬਲਕਿ ਬੜੀਆਂ ਚੀਜ਼ਾਂ ਦਾ ਮੁਹਾਂਦਰਾ ਜਿਹੜਾ ਇਸ ਸਮੇਂ ਦੇ ਨਾਲ ਵਿਗੜ ਗਿਆ ਜਾਂ ਕਹਿ ਲਓ ਕਿ ਵਿਗਾੜ ਦਿੱਤਾ ਗਿਆ, ਤਾਂ ਬੜੀ ਵਧੀਆ ਗੱਲ ਹੈ ਕਿ ਤੁਸੀਂ ਉਹ ਜਿਹੜਾ ਇੱਕ ਨਿਯਮ ਸੀ ਜਾਂ ਫਿਰ ਕਹਿ ਲਓ ਕਿ ਜਿਹੜੀ ਕਲਾ ਸੀ ਉਹਨੂੰ ਨਿਯਮਬੱਧ ਤਰੀਕੇ ਦੇ ਨਾਲ ਤੁਸੀਂ ਸਾਂਭ ਕੇ ਰੱਖਿਆ ਹੋਇਆ। ਹੁਣ ਗੱਲ ਜਿੰਦੂਏ ਦੀ ਕਰਾਂਗੇ, ਬੜਾ ਫੇਮਸ ਕਹਿ ਲਓ ਕਿ ਸਾਡੇ ਲਹਿੰਦੇ 'ਚ ਵੀ ਅਤੇ ਚੜ੍ਹਦੇ ਪੰਜਾਬ 'ਚ ਵੀ ਜਿੰਦੂਆ ਜਿਹੜਾ ਵਾ ਉਹ ਫੇਮਸ ਲੋਕ ਨਾਚ ਹੈ। ਬੋਲੀਆਂ ਵੀ ਜਿਹੜੀਆਂ ਨੇ ਜਿੰਦੂਏ ਦੀਆਂ ਕਾਫੀ ਫਿਲਮਾਂ ਦੇ ਵਿੱਚ ਵੀ ਆਉਂਦੀਆਂ ਨੇ, ਸਟੇਜਾਂ ਦੇ ਉੱਤੇ ਵੀ ਸੁਣਨ ਨੂੰ ਮਿਲਦੀਆਂ ਨੇ। ਸੋ ਇਹਦੇ ਵਿੱਚ ਕੀ ਵੱਖਰਾ ਹੁੰਦਾ ਹੈ ਉਸਤਾਦ ਜੀ, ਜੇ ਦੱਸਣਾ ਚਾਹੋ ਜਿੰਦੂਏ ਦੇ ਵਿੱਚ ਕੀ ਵੱਖਰਾ ਹੁੰਦਾ? ਜਿੰਦੂਏ ਦੇ ਵਿੱਚ ਕੁੜੀ ਤੇ ਮੁੰਡੇ ਦਾ ਹੁੰਦਾ, ਮਤਲਬ ਸਵਾਲ ਜਵਾਬ ਹੁੰਦੇ, ਸਵਾਲ ਜਵਾਬ, ਜਿੰਦ ਮਾਈ ਜੇ ਚੱਲੇ ਹੋ ਪਟਿਆਲੇ ਕਿੱਥੇ ਚੱਲੇ ਹੋ ਲੈ ਕੇ ਆਈ ਜੇ ਉਹ, ਜੀ ਜੀ ਜੀ, ਕੁੜੀ ਮੁੰਡੇ ਨੂੰ ਕਹਿੰਦੀ ਹੈ ਜਿਹੜਾ ਜਿੰਦੂਆ ਇਹ ਮਤਲਬ ਬੋਲੀਆਂ ਤੋਂ ਪ੍ਰਗਟ ਹੋਇਆ, ਮਤਲਬ ਬੋਲੀਆਂ ਤੋਂ ਹੀ ਬਣਿਆ ਇਹ, ਜਿਵੇਂ ਕਈ ਨਾਚ ਨੇ ਨਾਚ ਦੇ ਉੱਤੇ ਬੋਲੀਆਂ ਬਣਾਈਆਂ ਗਈਆਂ ਨੇ, ਪਰ ਇਹ ਬੋਲੀਆਂ ਤੋਂ ਚੱਲਿਆ। ਜਿੱਦਾਂ ਇੱਕ ਨੋਕ ਝੋਕ ਕਹਿ ਲਓ, ਨੋਕ ਝੋਕ ਹੈ, ਜਾਂ ਜੇ ਕਿਸੇ ਦਾ ਘਰ ਵਾਲਾ ਬਾਹਰ ਜਾ ਰਿਹਾ ਤਾਂ ਉਹਦੇ ਕੋਲੋਂ ਇੱਕ ਉਹਨੂੰ ਕਿਹਾ ਜਾਂਦਾ ਵੀ ਜੇ ਤੂੰ ਉੱਧਰ ਚੱਲਿਆ ਉੱਧਰਲੇ ਸਾਈਡ ਚੱਲਿਆ, ਜਿਵੇਂ ਪਰਦੇਸੀ ਵੀਰ ਨੇ ਡਰਾਈਵਰ ਵੀਰ ਕਹਿ ਲਓ, ਤੇ ਉਹਨਾਂ ਨੂੰ ਇੱਕ ਸੁਨੇਹਾ ਹੁੰਦਾ ਵੀ ਜੇ ਉੱਧਰ ਚੱਲਿਆ, ਜੇ ਮਨਾਲੀ ਸਾਈਡ ਚੱਲਿਆ ਜਿਵੇਂ ਸਾਡੇ ਉੱਧਰ ਹੈ, ਪਟਿਆਲੇ ਸਾਈਡ ਚੱਲਿਆ, ਜੇ ਕਿਧਰੇ ਸ਼ਹਿਰਾਂ ਦੇ ਨਾਮ ਨੇ ਅਲੱਗ ਅਲੱਗ ਉਹਨਾਂ ਦੇ ਹਿਸਾਬ ਨਾਲ ਤੇ ਸਮੇਂ ਦੇ ਹਿਸਾਬ ਨਾਲ ਹੋਇਆ ਹੋਇਆ, ਤੇ ਇਹਦੇ 'ਚ ਕੋਈ ਪਹਿਰਾਵੇ ਦਾ ਉਹ ਨਹੀਂ ਹੁੰਦਾ, ਇਹਦੇ 'ਚ ਮੁੰਡੇ ਕੁੜੀ ਦਾ ਇੱਕ ਸਮੂਹ ਵਾਲਾ ਡਾਂਸ ਹੁੰਦਾ, ਇਹ ਕੰਪੀਟੀਸ਼ਨ ਦੇ ਵਿੱਚ ਨਹੀਂ ਆਉਂਦਾ। ਅੱਛਾ, ਸੈਡ ਹੈ। ਅੱਛਾ, ਕਦੀ ਵੀ ਕੰਪੀਟੀਸ਼ਨਾਂ ਦੇ ਵਿੱਚ ਨਹੀਂ, ਇਹ ਕੰਪੀਟੀਸ਼ਨ ਦੇ ਵਿੱਚ ਨਹੀਂ ਆਉਂਦਾ। ਓਕੇ ਓਕੇ, ਚਲੋ ਹੋ ਜੇ ਫਿਰ ਜੀ, ਆ ਜਾਓ। ਚੱਲਿਓ ਪਟਿਆਲੇ ਵੇ ਉੱਥੋਂ ਨਾਵੀਂ ਓਏ,
ਸਾਡੇ ਵਿਰਸੇ ਦੇ ਰੰਗ ਅਤੇ ਵਿਰਸੇ ਦੇ ਇਹਨਾਂ ਖਾਸ ਰੰਗਾਂ ਨੂੰ ਸਾਂਭੀ ਬੈਠੇ ਨੇ ਸਾਡੇ ਇਹ ਨੌਜਵਾਨ, ਜੋ ਕਿ ਸਾਨੂੰ ਇਹ ਦੱਸ ਰਹੇ ਨੇ ਕਿ ਚਾਹੇ ਅੱਜ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਸਾਡਾ ਵਿਰਸਾ, ਸਾਡੀ ਵਿਰਾਸਤ ਅਲੋਪ ਹੋ ਰਹੀ ਹੈ, ਪਰ ਕਿਤੇ ਨਾ ਕਿਤੇ ਇਹ ਗੁਣੀ ਨੌਜਵਾਨ ਜਿਹੜੇ ਨੇ, ਨਾਂ ਵੀ ਗੁਣੀ ਆ ਵੈਸੇ ਤੇ, ਇਹ ਗੁਣੀ ਨੌਜਵਾਨ ਜਿਹੜੇ ਨੇ ਇਹ ਸਾਰਾ ਕੁਛ ਸਾਂਭੀ ਬੈਠੇ ਨੇ ਅਤੇ ਆਪਣੇ ਹੱਥੀਂ ਅਗਲੀ ਪੀੜ੍ਹੀ ਨੂੰ ਦੇਣ ਲਈ ਵੀ ਤਿਆਰ ਨੇ ਅਤੇ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਸਾਡੀ ਨਵੀਂ ਪਨੀਰੀ ਹੈ ਉਹਨਾਂ ਤੱਕ ਇਹ ਬਾਤਾਂ, ਇਹ ਗੱਲਾਂ ਜਿਹੜੀਆਂ ਨੇ ਪਹੁੰਚਾਈਆਂ ਜਾਣ। ਸੋ ਜਿੰਨੇ ਕਹਿ ਲਓ ਕਿ ਜਿੰਨੇ ਵੱਡੇ ਪੰਜਾਬ ਨੇ, ਜਿੱਥੋਂ ਤੱਕ ਪੰਜਾਬੀਆਂ ਦੀ ਗੱਲ ਹੁੰਦੀ ਹੈ, ਉਨਾ ਹੀ ਡੂੰਘਾ ਸਾਡਾ ਕਹਿ ਲਓ ਕਿ ਕਲਾ ਦਾ ਖੇਤਰ ਹੈ, ਸਾਡਾ ਸੱਭਿਆਚਾਰ ਹੈ, ਸਾਡੀ ਬੋਲੀ ਦੀਆਂ ਗੱਲਾਂ ਨੇ, ਜਾਂ ਫਿਰ ਕਹਿ ਲਓ ਕਿ ਵੱਖ ਵੱਖ ਰੰਗ ਨੇ ਕਲਾ ਦੇ। ਮੈਨੂੰ ਲੱਗਦਾ ਹੈ ਕਿ ਇੰਟਰਵਿਊ ਛੋਟੀ ਪੈ ਜਾਏਗੀ, ਜਾਂ ਕਹਿ ਲਓ ਕਿ ਗੱਲਾਂ ਬਾਤਾਂ ਛੋਟੀਆਂ ਪੈ ਜਾਂਦੀਆਂ, ਗੱਲਾਂ ਨਹੀਂ ਮੁੱਕਣੀਆਂ, ਹੈ ਨਾ। ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਫਿਰ ਅਸੀਂ ਤੁਹਾਡੇ ਤੱਕ ਕੁਛ ਨਾ ਕੁਛ ਨਵਾਂ ਜਿਹੜਾ ਹੈ ਸਾਡੀ ਕਲਾ ਦੇ ਨਾਲ, ਸਾਡੇ ਵਿਰਸੇ ਵਿਰਾਸਤ ਦੇ ਨਾਲ ਜੁੜਿਆ, ਲੋਕ ਨਾਚਾਂ ਦੇ ਨਾਲ ਜੁੜਿਆ ਤੁਹਾਡੇ ਤੱਕ ਲੈ ਕੇ ਆਈਏ। ਅਤੇ ਉਮੀਦ ਕਰਦਾ ਕਿ ਅੱਜ ਦੇ ਜਿਹੜੇ ਇਹ ਰੰਗ ਸੀ, ਬਹੁਤ ਕੁਛ ਨਿੱਕੀਆਂ ਨਿੱਕੀਆਂ ਅਜਿਹੀਆਂ ਗੱਲਾਂ ਜਿਹੜੀਆਂ ਸ਼ਾਇਦ ਮੈਨੂੰ, ਤੁਹਾਨੂੰ, ਜਾਂ ਫਿਰ ਹੋਰ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਨਾ ਪਤਾ ਹੋਣ, ਇਹ ਦੱਸਣ ਦੀ ਕੋਸ਼ਿਸ਼ ਜਿਹੜੀ ਹੈ ਉਸਤਾਦ ਹੋਣਾ ਨੇ ਕੀਤੀ ਹੈ, ਹੋਰ ਗੁਣੀ ਹੋਣਾ ਨੇ ਕੀਤੀ ਹੈ। ਸੋ ਕੁਛ ਹੋਰ ਸੁਨੇਹਾ ਉਸਤਾਦ ਜੀ ਦੇਣਾ ਚਾਹੋਗੇ, ਖਾਸ ਕਰਕੇ ਪ੍ਰਦੇਸ਼ਾਂ 'ਚ ਜਿਹੜੇ ਪੰਜਾਬੀ ਵੱਸਦੇ ਨੇ ਉਹਨਾਂ ਨੂੰ? ਅੱਛਾ, ਇੱਕ ਰੰਗ ਰਹਿ ਗਿਆ ਜਿਹੜਾ ਇਹਨਾਂ ਨੂੰ ਮਿਲਾ ਕੇ ਰੰਗ ਬਣਦਾ, ਜਿੰਦੂ ਆ ਕੱਢ ਕੇ ਸਾਈਡ 'ਤੇ, ਇੱਕ ਭੰਗੜੇ ਦਾ ਰੰਗ ਹੈ ਜੀ, ਅਤੇ ਅਸੀਂ ਭੰਗੜੇ ਕਰਕੇ ਹੀ ਜ਼ਿਆਦਾ ਤੁਰੇ ਫਿਰਦੇ ਹਾਂ। ਸਾਨੂੰ ਇਹ ਹੈ ਵੀ ਜੇ ਜਿਹੜੇ ਇੱਥੇ ਦੇ ਬੋਰਨ ਨੇ ਜਾਂ ਕਿਸੇ ਵੀ ਕੰਟਰੀਜ਼ ਦੇ ਵਿੱਚ ਬੋਰਨ ਨੇ ਪੰਜਾਬੀ ਸਾਡੇ, ਉਹਨਾਂ ਦੇ ਜਿਹੜੇ ਬੱਚੇ ਨੇ, ਵੀ ਉਹਨਾਂ ਨੂੰ ਇਹ ਚੀਜ਼ਾਂ ਸਿਖਾਈਆਂ ਜਾਣ, ਅਤੇ ਜਿਹੜਾ ਭੰਗੜੇ ਦਾ ਰੰਗ ਹੈ, ਅਤੇ ਇੱਕ ਤੁਹਾਨੂੰ ਬੋਲੀ ਭੰਗੜੇ ਦੇ ਰੰਗ ਦੇ ਵਿੱਚੋਂ ਜ਼ਰੂਰ ਸੁਣਾ ਦਿੰਦੇ ਹਾਂ। ਰੇਸ਼ਮੀ ਨਾਲੇ ਵੇਖੇ ਤੇਰੇ ਸ਼ਮੀਰ ਮਾਲ ਵੇਖੇ, ਮੈਂ ਭਾਂਡੇ ਪਿੱਤਲ ਦੇ ਉਦੋਂ ਘਰਾਂ ਵਿੱਚ ਆਮ ਦੇਖੇ, ਉਹ ਕੱਚੇ ਘਰਾਂ ਨੂੰ ਲਿਪਦੀ ਮੁਟਿਆਰ ਵੇਖੀ, ਉਹ ਤੇ ਗੱਭਰੂ ਖਿੜਕੇ ਪਾਉਂਦੇ ਧਮਾਲ ਵੇਖੇ ਖੁੜੇ। ਸੋ ਸ਼ਹਿਦ ਦੇ ਨਾਲੋਂ ਮਿੱਠੀ ਹੈ ਬੋਲੀ ਸਾਡੀ ਪੰਜਾਬੀ, ਅਤੇ ਪੰਜਾਬੀ ਬੋਲੀ ਦੇ ਇਹ ਵੱਖਰੇ ਵੱਖਰੇ ਰੰਗ ਜਿਨ੍ਹਾਂ ਨੂੰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਇਹ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਸੈਗਮੈਂਟ, ਇਹ ਲੋਕ ਬੋਲੀਆਂ, ਲੋਕ ਨਾਚਾਂ ਦੀਆਂ ਗੱਲਾਂ ਬਾਤਾਂ ਜ਼ਰੂਰ ਪਸੰਦ ਆਈਆਂ ਹੋਣਗੀਆਂ। ਕੋਸ਼ਿਸ਼ ਮੁੜ ਰਹੇਗੀ ਤੁਹਾਡੇ ਤੱਕ ਦੁਬਾਰਾ ਕੁਛ ਹੋਰ ਨਵੀਆਂ ਗੱਲਾਂ ਲੈ ਕੇ ਆਉਣ ਦੇ ਲਈ। ਇੱਦਾਂ ਹੀ ਬਣੇ ਰਹੋ ਡੇਲੀ ਖਬਰ ਦੇ ਨਾਲ।